ਕਰਦੇ ਸੀਗੇ। ਅਤੇ ਹੁਣ ਜਦ ਆਹ ਪੇਪਰ ਦੁਬਾਰਾ ਹੋਣ ਦੀ ਚਰਚਾਵਾਂ ਚੱਲ ਰਹੀਆਂ ਤਾਂ ਸਾਨੂੰ ਕਿਤੇ ਨਾ ਕਿਤੇ ਆਪਣੀ ਮਿਹਨਤ ਅਤੇ ਦੁੱਖ ਲੱਗਦਾ ਕਿ ਲੇਕਿਨ ਹੁਣ ਤਾਂ ਸਾਡਾ ਹਰ ਦਿਨ ਹੀ ਆਹ ਸੋਚ 'ਚ ਜਾਂਦਾ ਕਿ ਕਦੇ ਕਿਤੇ ਪੇਪਰ ਦੁਬਾਰਾ ਨਾ ਹੋ ਜਾਵੇ। ਅਸੀਂ ਜਦ ਕਿਤਾਬਾਂ ਦੇਖਦੇ ਹਾਂ ਆਪਣੇ ਜਿਹੜੀ ਸਾਨੇ 11ਵੀਂ 12ਵੀਂ 'ਚ ਪੜ੍ਹੀ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਐਂ ਲੱਗਦਾ ਕਿ ਇੰਨੀ ਮਿਹਨਤ ਹੁਣ ਸਾਨੂੰ ਦੁਬਾਰਾ ਕਰਨੀ ਪੈਣੀ ਹੈ। ਡਰਨ ਦੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਡਰ ਦਾ ਮਾਹੌਲ ਤਾਂ ਹਜੇ ਵੀ ਬਣਿਆ ਹੋਇਆ। ਮੇਰਾ ਨੀਟ 'ਚ ਸਕੋਰ 686 ਰਹੇ ਹੈ ਆਊਟ ਆਫ 720 ਅਤੇ ਮੇਰਾ ਆਲ ਇੰਡੀਆ ਰੈਂਕ 5924 ਹੈ। ਜਗਬਾਣੀ ਟੀ ਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕਵਲਜੀਤ ਕੰਬੋਜ। ਨੀਟ ਦਾ ਪੇਪਰ ਲੀਕ ਹੋਣ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਬਵਾਲ ਹੋਇਆ ਪਿਆ। ਜਿਨ੍ਹਾਂ ਵਿਦਿਆਰਥੀਆਂ ਨੇ ਪੇਪਰ ਦਿੱਤਾ ਸੀਗਾ, ਚੰਗੇ ਨੰਬਰ ਹਾਸਿਲ ਕੀਤੇ ਸੀਗੇ, ਉਹਨਾਂ ਵਿਦਿਆਰਥੀਆਂ ਦੇ ਉੱਪਰ ਕੀ ਬੀਤ ਰਹੀ ਹੈ ਇਸ ਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਅਕਸ਼ੇ ਨੇ। ਅਕਸ਼ੇ ਨੇ ਪੇਪਰ ਦਿੱਤਾ ਸੀਗਾ ਨੀਟ ਦਾ, ਕਾਫੀ ਵਧੀਆ ਨੰਬਰ ਹਾਸਿਲ ਕੀਤੇ ਸੀਗੇ, ਤਾਂ ਉਹਨਾਂ ਦੇ ਉੱਪਰ ਕੀ ਬੀਤ ਰਹੀ ਹੈ ਇਸ ਸਮੇਂ, ਉਹ ਕੀ ਕਿਸ ਤਰ੍ਹਾਂ ਵੇਖਦੇ ਨੇ ਇਸ ਬਵਾਲ ਨੂੰ ਜਿਹੜਾ ਨੀਟ ਦਾ ਪੇਪਰ ਲੀਕ ਹੋਇਆ ਸੀਗਾ। ਇਹ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜਾ ਪੇਪਰ ਲੀਕ ਹੋਇਆ, ਜਿਨ੍ਹਾਂ ਵਿਦਿਆਰਥੀਆਂ ਨੇ ਪਹਿਲਾਂ ਪੇਪਰ ਦਿੱਤਾ ਸੀਗਾ ਤਾਂ ਉਹਨਾਂ ਨੂੰ ਦੁਬਾਰਾ ਪੇਪਰ ਦੇਣਾ ਪਵੇਗਾ। ਜੇਕਰ ਦੁਬਾਰਾ ਪੇਪਰ ਦੇਣਾ ਪੈਂਦਾ ਹੈ ਤਾਂ ਕੀ ਕੁਝ ਇਹਨਾਂ ਦੇ ਵੱਲੋਂ ਤਿਆਰੀਆਂ ਕੀਤੀਆਂ ਗਈਆਂ ਨੇ ਜਾਂ ਫਿਰ ਇਸ ਵਿਵਾਦ ਦੇ ਵਿੱਚ ਇਹਨਾਂ ਦੇ ਵੱਲੋਂ ਕੀ ਕੁਝ ਕਹਿਣਾ, ਉਹ ਗੱਲਬਾਤ ਕਰਦੇ ਹਾਂ। ਅਕਸ਼ੇ, ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਜ਼ਰੂਰ ਦੱਸੋ, ਤੁਸੀਂ ਪੇਪਰ ਦਿੱਤਾ ਸੀਗਾ। ਸਰ, ਮੇਰਾ ਨਾਮ ਅਕਸ਼ੇ ਹੈ, ਮੇਰਾ ਨੀਟ 'ਚ ਸਕੋਰ 686 ਰਹੇ ਹੈ ਆਊਟ ਆਫ 720 ਅਤੇ ਮੇਰਾ ਆਲ ਇੰਡੀਆ ਰੈਂਕ 5924 ਹੈ। ਅਤੇ ਮੈਂ ਆਪਣਾ ਪੇਪਰ ਬਹੁਤ ਹੀ ਜ਼ਿਆਦਾ ਓਨੈਸਟੀ ਦੇ ਨਾਲ ਦਿੱਤਾ ਸੀਗਾ, ਮੈਂ ਬਹੁਤ ਜ਼ਿਆਦਾ ਆਹ ਪੇਪਰ ਵਾਸਤੇ ਪਰਿਸ਼ਰਮ ਕੀਤਾ ਸੀ ਅਤੇ ਮੇਰੇ ਸਾਰੇ ਹੀ ਦੋਸਤਾਂ ਨੇ ਇੰਨੀ ਹੀ ਮਿਹਨਤ ਕੀਤੀ ਸੀ। ਪਿਛਲੇ 2 ਸਾਲਾਂ ਤੋਂ ਅਸੀਂ ਲਗਾਤਾਰ ਕੋਚਿੰਗਾਂ 'ਚ, ਸਕੂਲਾਂ 'ਚ ਇਸ ਪੇਪਰ ਨੂੰ ਲੈ ਕੇ ਬਹੁਤ ਜ਼ਿਆਦਾ ਮਿਹਨਤ ਕਰਦੇ ਸੀਗੇ ਅਤੇ ਹੁਣ ਜਦ ਆਹ ਪੇਪਰ ਦੁਬਾਰਾ ਹੋਣ ਦੀ ਚਰਚਾਵਾਂ ਚੱਲ ਰਹੀਆਂ ਤਾਂ ਸਾਨੂੰ ਕਿਤੇ ਨਾ ਕਿਤੇ ਆਪਣੀ ਮਿਹਨਤ ਅਤੇ ਦੁੱਖ ਲੱਗਦਾ ਕਿ ਹੁਣ ਕੀ ਜੇ ਸਾਨੂੰ ਦੁਬਾਰਾ ਪੇਪਰ ਦੇਣਾ ਪਵੇਗਾ ਤਾਂ ਜਿਹੜੇ ਬੱਚਿਆਂ ਨੇ ਇਮਾਨਦਾਰੀ ਨਾਲ ਆਹ ਪੇਪਰ ਦਿੱਤਾ ਉਹਨਾਂ ਦੀ ਮਿਹਨਤ ਦਾ ਤਾਂ ਮਜ਼ਾਕ ਬਣ ਰਿਹਾ। ਜਿਸ ਤਰ੍ਹਾਂ ਲਗਾਤਾਰ ਬਵਾਲ ਚੱਲ ਰਿਹਾ, ਇਸ ਮਾਮਲੇ ਦੀ ਜਾਂਚ ਵੀ ਹੋ ਰਹੀ ਹੈ ਕਿ ਆਖਿਰਕਾਰ ਪੇਪਰ ਲੀਕ ਕਿਸ ਤਰ੍ਹਾਂ ਹੁੰਦਾ, ਹੈ ਨਾ, ਅਤੇ ਉਸਨੂੰ ਕਿਸ ਤਰ੍ਹਾਂ ਵੇਖਦੇ ਹੋ? ਜੀ ਦੇਖੋ, ਜਿੱਥੇ ਪੇਪਰ ਲੀਕ ਹੋਏ, ਜਿਹੜੇ ਬੰਦਿਆਂ ਨੇ ਲੀਕ ਕੀਤਾ ਹੋਇਆ ਪੇਪਰ ਹਾਸਿਲ ਕੀਤਾ ਅਤੇ ਚੰਗੇ ਨੰਬਰ ਲਿੱਤੇ ਉਹਨਾਂ 'ਤੇ ਜ਼ਰੂਰ ਸਖ਼ਤ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਲੇਕਿਨ ਉਹ ਸ਼ਰਾਰਤੀ ਅਨਸਰਾਂ ਕਰਕੇ ਪੂਰੇ ਬੱਚਿਆਂ ਦਾ ਪੇਪਰ ਦੁਬਾਰਾ ਲੈਣਾ ਤਾਂ ਮੈਂ ਸਮਝਦਾ ਸਹੀ ਗੱਲ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਪੇਪਰ ਦਿੱਤਾ, ਹੈ ਨਾ, ਕੀ ਕੁਝ ਸੈਕਰੀਫਾਈਸ ਕਰਨਾ ਪਿਆ ਉਸਦੇ ਲਈ, ਕਿੰਨੀ ਕੁ ਮਿਹਨਤ ਕਰਨੀ ਪਈ ਸੀ, ਕਿੰਨਾ ਸਮਾਂ ਲੱਗ ਗਿਆ ਸੀਗਾ ਤਿਆਰੀਆਂ ਦੇ ਲਈ, ਹੈ ਨਾ? ਜੀ, ਜਿਵੇਂ ਮੈਨੂੰ ਡਾਂਸ ਦਾ ਸ਼ੌਂਕ ਹੈ, ਮੈਂ ਡਾਂਸ ਆਪਣਾ ਡਾਂਸ ਦਾ ਸ਼ੌਂਕ ਦਬਾ ਕੇ ਰੱਖਿਆ ਕਿ ਚਲੋ ਜੀ ਇੱਕ ਵਾਰ ਪੇਪਰ ਹੋ ਜਾਵੇ ਫਿਰ ਆਹ ਸਾਰੇ ਸ਼ੌਂਕ ਪੂਰੇ ਕਰਾਂਗੇ। ਮੈਨੂੰ ਬੈਡਮਿੰਟਨ ਖੇਡਣ ਦਾ ਸ਼ੌਂਕ ਹੈ, ਆਹ ਸਾਰੇ ਸ਼ੌਂਕ ਮੈਂ ਸੋਚਿਆ ਕਿ ਚਲੋ ਇੱਕ ਵਾਰ ਪੇਪਰ ਹੋ ਜਾਵੇ ਅੱਛੇ ਤਰੀਕੇ ਨਾਲ ਫਿਰ ਆਪਾਂ ਸਾਰੇ ਸ਼ੌਂਕ ਜਦ ਟਾਈਮ ਮਿਲਿਆ ਕਰੂਗਾ ਤਦ ਪੂਰੇ ਕਰਿਆ ਕਰਾਂਗੇ। ਲੇਕਿਨ ਹੁਣ ਤਾਂ ਸਾਡਾ ਹਰ ਦਿਨ ਹੀ ਆਹ ਸੋਚ 'ਚ ਜਾਂਦਾ ਕਿ ਕਦੇ ਕਿਤੇ ਪੇਪਰ ਦੁਬਾਰਾ ਨਾ ਹੋ ਜਾਵੇ। ਅਸੀਂ ਜਦ ਕਿਤਾਬਾਂ ਦੇਖਦੇ ਹਾਂ ਆਪਣੇ ਜਿਹੜੀ ਸਾਨੇ 11ਵੀਂ 12ਵੀਂ 'ਚ ਪੜ੍ਹੀ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਐਂ ਲੱਗਦਾ ਕਿ ਇੰਨੀ ਮਿਹਨਤ ਹੁਣ ਸਾਨੂੰ ਦੁਬਾਰਾ ਕਰਨੀ ਪੈਣੀ ਹੈ। ਕਿੰਨਾ ਸਮਾਂ ਤੁਸੀਂ ਇੱਕ ਦਿਨ ਦੇ ਵਿੱਚ ਪੜ੍ਹਦੇ ਸੀਗੇ ਇਸ ਪੇਪਰ ਦੇ ਲਈ, ਹੈ ਨਾ? ਪਹਿਲਾਂ ਕੋਚਿੰਗ ਸੈਂਟਰ ਦੇ ਵਿੱਚ ਪੜ੍ਹਨਾ, ਉਸ ਤੋਂ ਬਾਅਦ ਘਰੇ ਵੀ ਤੁਸੀਂ ਕਰਦੇ ਹੋਏਗੇ ਰਿਵੀਜ਼ਨ ਵਗੈਰਾ, ਹੈ ਨਾ? ਕਿੰਨਾ ਕੁ ਸਮਾਂ ਦਿੰਦੇ ਸੀਗੇ ਪੜ੍ਹਾਈ? ਦੇਖੋ ਜੀ, ਐਂ ਘੰਟਿਆਂ 'ਚ ਬਿਆਨ ਕਰਨਾ ਤਾਂ ਸ਼ਾਇਦ ਮੁਸ਼ਕਿਲ ਹੋਵੇ, ਪਰ ਉਹ ਹੈ ਕਿ ਸਕੂਲ ਜਾਣਾ, ਸਕੂਲ ਦਾ ਕੰਮ ਕਰਨਾ, ਕੋਚਿੰਗਾਂ ਦਾ ਕੰਮ ਕਰਨਾ, ਫਿਰ ਘਰ ਆ ਕੇ ਪੜ੍ਹਨਾ, ਤਾਂ ਸਟ੍ਰੈਸ ਤਾਂ ਬਹੁਤ ਜ਼ਿਆਦਾ ਹੁੰਦਾ ਸੀਗਾ ਅਤੇ ਉਸ ਸਟ੍ਰੈਸ ਨੂੰ ਹੁਣ ਦੁਬਾਰਾ ਜੀਣ ਦਾ ਮਨ ਨਹੀਂ ਕਰਦਾ ਸਾਡਾ। ਜਿਸ ਤਰ੍ਹਾਂ ਜਦੋਂ ਪੇਪਰ ਕਲੀਅਰ ਹੋਇਆ ਨਾ, ਪੂਰਾ ਐਗਜ਼ਾਮ ਆ ਗਿਆ ਵੀ ਹਾਂ ਵੀ ਇੰਨੇ ਨੰਬਰ ਹਾਸਿਲ ਹੋ ਗਏ ਨਾ, ਵੀ ਰੈਂਕ ਆ ਗਏ, ਉਸ ਸਮੇਂ ਖੁਸ਼ੀਆਂ ਵੀ ਸੀਗੀਆਂ ਘਰ ਦੇ ਵਿੱਚ? ਹਾਂਜੀ, ਕਿਤੇ ਨਾ ਕਿਤੇ ਖੁਸ਼ੀਆਂ ਤਾਂ ਹੁੰਦੀਆਂ ਹੀ ਹੈ। ਚਲੋ ਘਰ ਵਾਲਿਆਂ ਨੂੰ ਵੀ ਹੁੰਦਾ ਕਿ ਚਲੋ ਬੱਚੇ ਦਾ ਹੁਣ ਪੇਪਰ ਕਲੀਅਰ ਹੋ ਗਿਆ ਕਿ ਅੱਛਾ ਰੈਂਕ ਆ ਗਿਆ, ਅੱਛੇ ਕਾਲਜ 'ਚ ਐਡਮਿਸ਼ਨ ਹੋ ਜਾਣੀ ਹੈ। ਪਰ ਹੁਣ
ਇਸ ਸਾਰੇ ਬਵਾਲ ਦੇ ਵਿੱਚ ਤਾਂ ਕਿਤੇ ਨਾ ਕਿਤੇ ਘਰ ਵਾਲੇ ਵੀ ਚਿੰਤਿਤ ਰਹਿੰਦੇ ਹੈ ਕਿ ਕਿਤੇ ਪੇਪਰ ਦੁਬਾਰਾ ਨਾ ਹੋ ਜਾਏ, ਕਿਤੇ ਉਹ 1-1.5 ਮਹੀਨੇ ਦਾ ਬੱਚੇ ਨੂੰ ਸਟ੍ਰੈਸ ਫੇਰ ਹੋਵੇਗਾ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਘਰ ਵਾਲੇ ਪਰੇਸ਼ਾਨ ਰਹਿੰਦੇ ਨੇ, ਮਦਰ ਫਾਦਰ, ਹੈ ਨਾ, ਵੀ ਬੱਚੇ ਨੇ ਇੰਨੀ ਮਿਹਨਤ ਕੀਤੀ, ਐਡੇ ਵਧੀਆ ਮਾਰਕਸ ਲੈ ਲਏ, ਹੈ ਨਾ, ਕਿ ਪੇਪਰ ਵਧੀਆ ਹੋਇਆ, ਸਾਰਾ ਕੁਝ ਵਧੀਆ ਨਿਕਲ ਗਿਆ, ਉਸ ਤੋਂ ਬਾਅਦ ਇਹ ਸਾਰਾ ਬਵਾਲ ਹੋਣਾ ਕਿ ਪੇਪਰ ਲੀਕ ਹੋ ਗਿਆ, ਹੁਣ ਚਰਚਾਵਾਂ ਚੱਲ ਰਹੀਆਂ ਦੁਬਾਰਾ ਪੇਪਰ ਦੇਣਾ ਪਵੇਗਾ, ਤਾਂ ਪਰਿਵਾਰ ਵਾਲੇ ਕੀ ਕਹਿ ਰਹੇ ਨੇ ਇਸ ਸਮੇਂ ਤੁਹਾਡੇ? ਸਰ ਪਰਿਵਾਰ ਵਾਲੇ ਤਾਂ ਆਹੀ ਕਹਿੰਦੇ ਕਿ ਤੁਸੀਂ ਖੁਦ ਆਪਣੇ ਜੋ ਸ਼ੌਂਕ ਹੈ ਉਹਨਾਂ ਨੂੰ ਪੂਰੀ ਕਰਨ ਦੀ ਟਰਾਈ ਕਰੋ, ਪੇਪਰ ਜੇ ਦੁਬਾਰਾ ਹੋਣਾ ਹੋਇਆ ਕਿ ਸਾਨੂੰ ਤੁਹਾਡੇ 'ਤੇ ਕੌਨਫੀਡੈਂਸ ਹੈ, ਤੁਸੀਂ ਆਪਣੀ ਦੁਬਾਰਾ ਪੜ੍ਹ ਕੇ ਦੇ ਦੋਗੇ ਅਤੇ ਦੁਬਾਰਾ ਵੀ ਅੱਛੇ ਨੰਬਰ ਹੀ ਲੈ ਕੇ ਆਉਂਗੇ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਆਹ ਵੀ ਲੱਗਦਾ ਕਿ ਬੱਚੇ ਦੀ ਮਿਹਨਤ ਬੇਕਾਰ ਨਾ ਹੋਵੇ, ਕਿ ਪੇਪਰ ਦੁਬਾਰਾ ਨਾ ਦੇਣਾ ਪੈ ਜਾਵੇ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਾਫੀ ਮਿਹਨਤ ਕਰਨੀ ਪਈ, ਡਾਂਸ ਨੂੰ ਹੈ ਨਾ ਪਿੱਛੇ ਰੱਖਿਆ ਕਿ ਪਹਿਲਾਂ ਪੇਪਰ ਦੇ ਲਈਏ, ਉਸ ਤੋਂ ਬਾਅਦ ਦੇਖਾਂਗੇ ਜਦੋਂ ਕਲੀਅਰ ਹੋ ਜਾਏਗਾ ਸਾਰਾ ਕੁਝ। ਕਲੀਅਰ ਹੋਇਆ, ਜਦੋਂ ਡਾਂਸ ਕਰਨਾ ਸੀਗਾ ਤਾਂ ਹੁਣ ਇਹ ਹੋ ਰਿਹਾ ਕਿ ਦੁਬਾਰਾ ਪੇਪਰ ਦੇਣਾ ਪਵੇਗਾ, ਤਿਆਰੀਆਂ ਚੱਲ ਰਹੀਆਂ ਦੁਬਾਰਾ? ਦੇਖੋ ਜੀ, ਸਾਡੇ ਇੰਸਟੀਟਿਊਟ ਵਾਲਿਆਂ ਨੇ ਤਾਂ ਸਾਨੂੰ ਕਹਿ ਰੱਖਿਆ ਕਿ ਤੁਸੀਂ ਆਪਣੇ ਪੜ੍ਹਾਈ ਦੇ ਟੱਚ 'ਚ ਰਹੋ, ਕੀ ਪਤਾ ਪੇਪਰ ਦੁਬਾਰਾ ਨਾ ਹੋ ਜਾਏ, ਪਰ ਜਦ ਅਸੀਂ ਕਿਤਾਬਾਂ ਖੋਲ੍ਹਦੇ ਹਾਂ ਤਾਂ ਸਾਨੂੰ ਦੁੱਖ ਵੀ ਆਉਂਦਾ, ਗੁੱਸਾ ਵੀ ਚੜ੍ਹਦਾ ਅਤੇ ਬਹੁਤ ਹੀ ਅਜੀਬ ਜਿਹੀ ਕਿਸਮ ਦਾ ਸਾਡਾ ਵਿਵਹਾਰ ਰਹਿੰਦਾ। ਅਤੇ ਆਹ ਇਕੱਲੇ ਮੇਰਾ ਹੀ ਹਾਲ ਨਹੀਂ ਹੈ, ਅੱਜ ਦੀ ਡੇਟ 'ਚ ਜਿਹੜੇ ਜਿਹੜੇ ਬੱਚੇ ਦਾ ਪੇਪਰ ਅੱਛਾ ਹੋਇਆ, ਜਿਹਨੇ ਇਮਾਨਦਾਰੀ ਨਾਲ ਆਹ ਪੇਪਰ ਦਿੱਤਾ, ਉਸ ਹਰ ਇੱਕ ਬੱਚੇ ਦਾ ਹੀ ਇਹ ਹਾਲ ਹੈ। ਜਿਸ ਤਰ੍ਹਾਂ ਐਜੂਕੇਸ਼ਨ ਮਿਨਿਸਟਰ ਨੇ, ਹੈ ਨਾ, ਉਹਨਾਂ ਦੇ ਵੀ ਕਾਫੀ ਕੁਝ ਉਹ ਆ ਰਹੇ ਨੇ, ਐਪੀਸੋਡ ਆ ਰਹੇ ਨੇ, ਬਿਆਨ ਆ ਰਹੇ ਨੇ ਕਾਫੀ, ਹੈ ਨਾ, ਕਿ ਜਿਹੜੇ ਇਹ ਕਾਰਵਾਈ ਹੋਵੇਗੀ ਤਾਂ ਪੂਰੀ ਹੋਏਗੀ, ਲੀਗਲ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਪੇਪਰ ਲੀਕ ਕੀਤਾ। ਜੀ ਮੈਂ ਤਾਂ ਐਜੂਕੇਸ਼ਨ ਮਿਨਿਸਟਰ ਦੀ ਸਾਰੀ ਗੱਲਾਂ ਦੇ ਨਾਲ ਸਹਿਮਤ ਕਰਦਾ ਕਿ ਉਹਨਾਂ ਨੇ ਕਿਹਾ ਕਿ ਜੋ ਜਿੰਨੇ ਬੱਚਿਆਂ ਨੇ ਓਨੈਸਟੀ ਦੇ ਨਾਲ ਪੇਪਰ ਦਿੱਤੇ ਉਹਨਾਂ ਨੂੰ ਡਰਨ ਦੀ ਕੋਈ ਗੱਲ ਨਹੀਂ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਡਰ ਦਾ ਮਾਹੌਲ ਤਾਂ ਹਜੇ ਵੀ ਬਣਿਆ ਹੋਇਆ। ਜੇਕਰ ਪਰਿਵਾਰ ਦੀ ਗੱਲ ਕਰੀਏ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ, ਨਾ, ਵੀ ਕੀ ਕੰਮ ਕਰਦੇ ਨੇ? ਜੀ ਮੇਰੇ ਪਰਿਵਾਰ ਦਾ ਬਿਜ਼ਨਸ ਹੈਗੇ ਜੀ, ਬਿਜ਼ਨਸ ਦਾ ਕੰਮ ਹੈ। ਅਤੇ ਬਿਲਕੁਲ ਇਹ ਹੈ ਅਕਸ਼ੇ, ਜਿਨ੍ਹਾਂ ਨੇ ਪੇਪਰ ਦਿੱਤਾ ਸੀਗਾ ਨੀਟ ਦਾ, ਇਹਨਾਂ ਦਾ ਕਹਿਣਾ ਹੈ ਕਿ ਜੇਕਰ ਦੁਬਾਰਾ ਪੇਪਰ ਦੇਣਾ ਪੈਂਦਾ ਮੈਂ ਉਸਦੇ ਲਈ ਤਿਆਰ ਹਾਂ, ਲੇਕਿਨ ਜਿਹੜੀ ਮਿਹਨਤ ਮੈਂ ਪਹਿਲਾਂ ਕੀਤੀ ਸੀਗੀ ਤਾਂ ਜਿਹੜਾ ਸਮਾਂ ਮੈਂ ਪਹਿਲਾਂ ਵੇਖਿਆ ਉਸਦੇ ਲਈ ਮੈਨੂੰ ਫਿਰ ਤੋਂ ਦੁਬਾਰਾ ਪ੍ਰੀਪੇਅਰ ਹੋਣਾ ਪਵੇਗਾ, ਫਿਰ ਤੋਂ ਮੈਨੂੰ ਤਿਆਰੀ ਕਰਨੀ ਪਵੇਗੀ, ਜਿਸ ਕਰਕੇ ਅਕਸ਼ੇ ਕਾਫੀ ਚਿੰਤਿਤ ਨੇ। ਉਹਨਾਂ ਦੇ ਦੋਸਤ ਨੇ, ਦੋਸਤਾਂ ਨੇ ਵੀ ਪੇਪਰ ਦਿੱਤਾ ਸੀਗਾ ਤਾਂ ਉਹ ਵੀ ਕਾਫੀ ਚਿੰਤਿਤ ਨੇ ਕਿ ਜੇਕਰ ਦੁਬਾਰਾ ਪੇਪਰ ਦੇਣਾ ਪੈਂਦਾ ਤਾਂ ਉਹੀ ਸਾਰਾ ਮਾਹੌਲ ਜਿਹੜਾ ਪੜ੍ਹਾਈ ਵਾਲਾ ਪਹਿਲਾਂ ਸੀਗਾ, ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਹ ਦੁਬਾਰਾ ਕਰਨੀਆਂ ਪੈਣਗੀਆਂ। ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਅਸਲ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ, ਜਿਨ੍ਹਾਂ ਦੀ ਅਣਗਹਿਲੀ ਦੇ ਨਾਲ ਪੇਪਰ ਲੀਕ ਹੋਇਆ ਉਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ। ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਣੀ ਟੀਵੀ, ਪਟਿਆਲਾ।